ਫੌਜਾਂ ਭਾਈ ਡਲ ਸਿੰਘ ਗੱਤਕਾ ਅਕੈਡਮੀ ਭਾਈ ਡਲ ਸਿੰਘ ਤਵੇਲਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਪਹੁੰਚੇ ਆ ਜੀ। ਤੇ ਦੁੱਧ ਦੰਦ ਬੱਚਿਆਂ ਦੇ ਵਿੱਚ ਬਸ਼ੇਰੀ ਲੈ ਕੇ ਆਏ ਸੀਗੇ ਜੀ। किसानों नूं खेती दे नाल नाल पशु पालन वर्गे सहायक धंदियां नाल जोड़न दे मकसद नाल श्री गुरु गोबिंद सिंह हॉर्स ब्रीड सोसाइटी वल्लों सोमवार नूं फरीदकोट विच कौमी पद्धर दा 3 रोजा चौथा हॉर्स शो करवाया जा रहा है। इस 3 दिन चलण वाले शो विच नस्ली घोड़ियां दे प्रदर्शन दे नाल नाल घोड़ियां दीआं दौड़ां वी होणगीआं। उत्थे ही इस मौके गल्लबात करदिआं MLA कुशलदीप सिंह ढिल्लों ने की कहा, आओ सुणदे हां। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੌਜਾਂ ਭਾਈ ਡਲ ਸਿੰਘ ਗੱਤਕਾ ਅਕੈਡਮੀ ਭਾਈ ਡਲ ਸਿੰਘ ਤਵੇਲਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਪਹੁੰਚਿਆ ਜੀ। ਅਤੇ ਦੁੱਧ ਦੰਦ ਬੱਚਿਆਂ ਦੇ ਵਿੱਚ ਬਸ਼ੇਰੀ ਲੈ ਕੇ ਆਏ ਸੀਗੇ ਜੀ, ਅਤੇ ਬਸ਼ੇਰੀ ਸ਼ੋਅ ਕਰਕੇ ਆਏ ਹਾਂ ਅਤੇ ਰਿਜ਼ਲਟ ਹਾਲੇ ਅਨਾਊਂਸ ਕਰਨਗੇ। ਕਿਸ ਤਰੀਕੇ ਦਾ ਫਰੀਦਕੋਟ ਦੇ ਵਿੱਚ ਹਾਰਸ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ? ਚੌਥਾ ਸ਼ੋਅ हरेक साल फरीदकोट विच असी गुरु गोबिंद सिंह सोसाइटी वालों नुकरा ते मारवाड़ी ऑल इंडिया शो कराने। सो अज चौथा शो है, बहुत दूरों दूरों जानवर आए हुए हैं, घोड़े महाराष्ट्र गुजरात राजस्थान मध्य प्रदेश दूरों दूरों घोड़े आए हुए हैं। सो बहुत अच्छे जानवर आए, बहुत अच्छा शो है। ये जिहड़ा फरीदकोट का शो है, ये हिंदुस्तान च एक नामवर शो बन गया है। सो इस करके मैं बड़ी खुशी है कि इन दूरों दूरों जानवर आते हैं। तो ये जिहड़े घोड़े है जिन्हों आप देसी घोड़े भी कह सकते हैं, ये जमींदार ते किसानां वास्ते एक लाभवंद धंधा भी है, क्योंकि जिन्हें आए है ये घर च किसी जिमीदार को 2 रखे है, किसी को 4 रखे है। सो एज अ लाभवंद धंधा ज एक्सट्रा जिमीदार वास्ते किसान वास्ते ये एक धंधा है, नाले शौक है। सो ये जिन्ना प्रमोट होएगा उन्ना ही किसानी नूं इस गल दा फायदा होगा। फरीदकोट तो गगनदीप सिंह दी रिपोर्ट, रंगला TV। ਫੌਜਾਂ ਭਾਈ ਡਲ ਸਿੰਘ ਗੱਤਕਾ ਅਕੈਡਮੀ ਭਾਈ ਡਲ ਸਿੰਘ ਤਵੇਲਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਪਹੁੰਚਿਆ ਜੀ। ਅਤੇ ਦੁੱਧ ਦੰਦ ਬੱਚਿਆਂ ਦੇ ਵਿੱਚ ਬਸ਼ੇਰੀ ਲੈ ਕੇ ਆਏ ਸੀਗੇ ਜੀ। ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਪਸ਼ੂ ਪਾਲਣ ਵਰਗੇ ਸਹਾਇਕ ਧੰਦਿਆਂ ਨਾਲ ਜੋੜਨ ਦੇ ਮਕਸਦ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਹਾਰਸ ਬਰੀਡ ਸੁਸਾਇਟੀ ਵੱਲੋਂ ਸੋਮਵਾਰ ਨੂੰ ਫਰੀਦਕੋਟ ਵਿੱਚ ਕੌਮੀ ਪੱਧਰ ਦਾ 3 ਰੋਜ਼ਾ ਚੌਥਾ ਹਾਰਸ ਸ਼ੋਅ ਕਰਵਾਇਆ ਜਾ ਰਿਹਾ ਹੈ। ਇਸ 3 ਦਿਨ ਚੱਲਣ ਵਾਲੇ ਸ਼ੋਅ ਵਿੱਚ ਨਸਲੀ ਘੋੜਿਆਂ ਦੇ ਪ੍ਰਦਰਸ਼ਨ ਦੇ ਨਾਲ ਨਾਲ ਘੋੜਿਆਂ ਦੀਆਂ ਦੌੜਾਂ ਵੀ ਹੋਣਗੀਆਂ। ਉੱਥੇ ਹੀ ਇਸ ਮੌਕੇ ਗੱਲਬਾਤ ਕਰਦਿਆਂ MLA ਕੁਸ਼ਲਦੀਪ ਸਿੰਘ ਢਿੱਲੋਂ ਨੇ ਕੀ ਕਿਹਾ, ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੌਜਾਂ ਭਾਈ ਡਲ ਸਿੰਘ ਗੱਤਕਾ ਅਕੈਡਮੀ ਭਾਈ ਡਲ ਸਿੰਘ ਤਵੇਲਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਪਹੁੰਚਿਆ ਜੀ। ਅਤੇ ਦੁੱਧ ਦੰਦ ਬੱਚਿਆਂ ਦੇ ਵਿੱਚ ਬਸ਼ੇਰੀ ਲੈ ਕੇ ਆਏ ਸੀਗੇ ਜੀ, ਅਤੇ ਬਸ਼ੇਰੀ ਸ਼ੋਅ ਕਰਕੇ ਆਏ ਹਾਂ ਅਤੇ ਰਿਜ਼ਲਟ ਹਾਲੇ ਅਨਾਊਂਸ ਕਰਨਗੇ। ਕਿਸ ਤਰੀਕੇ ਦਾ ਫਰੀਦਕੋਟ ਦੇ ਵਿੱਚ ਹਾਰਸ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ? ਚੌਥਾ ਸ਼ੋਅ हरेक साल फरीदकोट विच असी गुरु गोबिंद सिंह सोसाइटी वालों नुकरा ते मारवाड़ी ऑल इंडिया शो कराने। सो अज चौथा शो है, बहुत दूरों दूरों जानवर आए हुए हैं, घोड़े महाराष्ट्र गुजरात राजस्थान मध्य प्रदेश दूरों दूरों घोड़े आए हुए हैं। सो बहुत अच्छे जानवर आए, बहुत अच्छा शो है। ये जिहड़ा फरीदकोट का शो है, ये हिंदुस्तान च एक नामवर शो बन गया है। सो इस करके मैं बड़ी खुशी है कि इन दूरों दूरों जानवर आते हैं।
ਅਤੇ ਇਹ ਜਿਹੜੇ ਘੋੜੇ ਆ ਜਿਨ੍ਹਾਂ ਨੂੰ ਆਪਾਂ ਦੇਸੀ ਘੋੜੇ ਵੀ ਕਹਿ ਸਕਦੇ ਹਾਂ, ਇਹ ਜ਼ਿਮੀਂਦਾਰ ਅਤੇ ਕਿਸਾਨਾਂ ਵਾਸਤੇ ਇੱਕ ਲਾਭਵੰਦ ਧੰਦਾ ਵੀ ਹੈ, ਕਿਉਂਕਿ ਜਿੰਨੇ ਆਏ ਹੈ ਇਹ ਘਰਾਂ 'ਚ ਕਿਸੇ ਜ਼ਿਮੀਂਦਾਰ ਕੋਲ 2 ਰੱਖੇ ਆ, ਕਿਸੇ ਕੋਲ 4 ਰੱਖੇ ਆ। ਸੋ ਐਜ਼ ਅ ਲਾਭਵੰਦ ਧੰਦਾ ਜਾਂ ਐਕਸਟਰਾ ਜ਼ਿਮੀਂਦਾਰ ਵਾਸਤੇ ਕਿਸਾਨ ਵਾਸਤੇ ਇਹ ਇੱਕ ਧੰਦਾ ਹੈ, ਨਾਲੇ ਸ਼ੌਕ ਹੈ। ਸੋ ਇਹ ਜਿੰਨਾ ਪ੍ਰਮੋਟ ਹੋਏਗਾ ਓਨਾ ਹੀ ਕਿਸਾਨੀ ਨੂੰ ਇਸ ਗੱਲ ਦਾ ਫਾਇਦਾ ਹੋਏਗਾ। ਫਰੀਦਕੋਟ ਤੋਂ ਗਗਨਦੀਪ ਸਿੰਘ ਦੀ ਰਿਪੋਰਟ, ਰੰਗਲਾ ਟੀਵੀ।